ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ DD ਪੰਜਾਬੀ ਦੇ ਇਸ ਮੰਚ 'ਤੇ। ਔਰ ਤੁਸੀਂ ਇਹਨਾਂ ਸ਼ੋਅਜ਼ ਨੂੰ ਜਿਹੜੇ ਹਰ ਮੰਚ 'ਤੇ ਦੇਖਦੇ ਹੋ, ਚਾਹੇ ਉਹ ਨੈਸ਼ਨਲ ਮੰਚ ਹੋਵੇ ਕੋਈ, ਚਾਹੇ ਉਹ ਰੀਜਨਲ ਚੈਨਲ ਹੋਵੇ, ਚਾਹੇ ਸੋਸ਼ਲ ਮੀਡੀਆ ਪਲੇਟਫਾਰਮ ਹੋਵੇ। ਅੱਜ ਅਸੀਂ ਖਾਸ ਤੌਰ 'ਤੇ ਬਠਿੰਡਾ ਪਹੁੰਚੇ ਹੋਏ ਸੀ ਓਮ ਗਲੋਬਲ ਦੇ ਆਫਿਸ ਦੇ ਵਿੱਚ। ਓਮ ਗਲੋਬਲ ਵੱਲੋਂ ਰੀਸੈਂਟਲੀ ਬਠਿੰਡਾ ਆਫਿਸ ਦੀ ਸ਼ੁਰੂਆਤ ਕੀਤੀ ਗਈ ਹੈ। ਔਰ ਬਠਿੰਡਾ ਆਫਿਸ ਸ਼ੁਰੂ ਕਰਨ ਦਾ ਇੱਕ ਰੀਜ਼ਨ ਇਹ ਸੀ ਕਿ ਮਾਲਵੇ ਦੇ ਵਿੱਚੋਂ ਲੋਕਾਂ ਦਾ ਬਾਹਰ ਜਾਣ ਦਾ ਰੁਝਾਨ ਜਿਹੜਾ ਹੈ ਉਹ ਬਹੁਤ ਵੱਧ ਜਾ ਰਿਹਾ ਹੈ, ਪਰ ਪ੍ਰੋਬਲਮ ਸਿਰਫ ਇੱਕ ਆ ਰਹੀ ਸੀ ਕਿ ਉਹਨਾਂ ਨੂੰ ਰਾਈਟ ਗਾਈਡੈਂਸ ਨਹੀਂ ਮਿਲ ਰਹੀ ਸੀ। ਇੱਕ ਬ੍ਰਾਂਡ, ਇੱਕ ਉਹ ਕੰਪਨੀ ਦਾ ਆਫਿਸ ਇੱਥੇ ਨਹੀਂ ਮਿਲ ਪਾ ਰਿਹਾ ਸੀ ਜਿੱਥੇ ਇੱਕ ਛੱਤ ਥੱਲੇ ਹੀ ਸਾਰੇ ਮੁਲਕਾਂ ਦੇ ਵੀਜ਼ੇ ਲੱਗ ਸਕਦੇ ਹੋਣ, ਜਾਣਕਾਰੀਆਂ ਮਿਲ ਸਕਦੀਆਂ ਹੋਣ, ਅਤੇ ਪੈਸੇ ਦੀ ਬੱਚਤ ਹੋ ਜਾਵੇ। ਪੈਸੇ ਦੀ ਬੱਚਤ ਤੋਂ ਭਾਵ ਆ ਕਿ ਪੈਸਾ ਖਰਾਬ ਨਾ ਹੋਵੇ। ਅੱਜ ਹਰ ਇੱਕ ਬੰਦੇ ਦੀ ਆਪਣੀ ਦੁਕਾਨਦਾਰੀ ਹੈ, ਹਰ ਇੱਕ ਬੰਦੇ ਨੇ ਦਫ਼ਤਰ ਖੋਲ੍ਹਿਆ ਹੈ ਪੈਸਾ ਕਮਾਉਣ ਲਈ। ਪੈਸਾ ਓਮ ਗਲੋਬਲ ਵੀ ਜ਼ਰੂਰ ਕਮਾਊਗਾ ਔਰ ਕਮਾਉਂਦਾ ਵੀ ਹੈ, ਪਰ ਤੁਹਾਡਾ ਪੈਸਾ ਖਰਾਬ ਨਹੀਂ ਹੋਣ ਦਿੰਦਾ। ਸੋ ਅੱਜ ਮੈਡਮ ਪ੍ਰਿਤਪਾਲ ਕੌਰ ਸਾਡੇ ਨਾਲ ਹਾਜ਼ਰ ਨੇ, ਓਮ ਗਲੋਬਲ ਦੇ ਬਠਿੰਡਾ ਆਫਿਸ ਦੇ ਵਿੱਚ ਮੈਨੇਜਰ ਨੇ ਇੱਥੋਂ ਦੇ। ਜਿਹੜੇ ਵੀ ਵਿਦਿਆਰਥੀ ਮਾਲਵੇ ਤੋਂ ਬਾਹਰ ਜਾਣਾ ਚਾਹੁੰਦੇ ਨੇ, ਚਾਹੇ ਉਹ ਕੈਨੇਡਾ ਸਟੂਡੈਂਟ ਵੀਜ਼ਾ ਦੀ ਗੱਲ ਹੋਵੇ, ਚਾਹੇ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਦੀ ਗੱਲ ਹੋਵੇ, ਚਾਹੇ UK ਸਟੂਡੈਂਟ ਵੀਜ਼ਾ ਦੀ ਗੱਲ ਹੋਵੇ, ਚਾਹੇ ਅਮੈਰੀਕਾ ਸਟੂਡੈਂਟ ਵੀਜ਼ਾ ਦੀ ਗੱਲ ਹੋਵੇ, ਉਹ ਸਾਰੇ ਓਮ ਗਲੋਬਲ ਦੇ ਬਠਿੰਡਾ ਆਫਿਸ ਦੇ ਵਿੱਚ ਆਪਣੀ ਸਰਵਿਸਿਜ਼ ਲੈ ਸਕਦੇ ਨੇ। ਸੋ ਮੈਡਮ ਪ੍ਰਿਤਪਾਲ ਕੌਰ ਹੁਣਾਂ ਦਾ ਸਵਾਗਤ ਕਰਦੇ ਹਾਂ, ਉਸ ਤੋਂ ਬਾਅਦ ਗੱਲਾਂ ਬਾਤਾਂ ਕਰਾਂਗੇ ਕਿ ਬਠਿੰਡਾ ਆਫਿਸ ਦੇ ਵਿੱਚ ਕਿਹੜੇ ਕਿਹੜੇ ਇਹ ਬੈਨੀਫਿਟ ਸਾਨੂੰ ਦੇ ਸਕਦੇ ਨੇ, ਕਿਹੜੇ ਕਿਹੜੇ ਕੰਟਰੀ ਦੀ ਤੁਸੀਂ ਕਾਊਂਸਲਿੰਗ ਲੈ ਸਕਦੇ ਹੋ, ਔਰ ਇਹਨਾਂ ਕੋਲ ਅੱਗੇ ਹੀ ਕਿਉਂ ਅਪਲਾਈ ਕਰੀਏ। ਸੋ ਮੈਡਮ ਪ੍ਰਿਤਪਾਲ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਜੀ, ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮੇਰੇ ਵੱਲੋਂ। ਸੋ ਓਮ ਗਲੋਬਲ ਦੀ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ, ਸੋ ਬਠਿੰਡਾ ਬ੍ਰਾਂਚ ਦਾ ਸਾਡਾ ਮੋਟਿਵ ਇਹੀ ਹੈ ਕਿ ਜੋ ਸਾਡੇ ਕਲਾਇੰਟਸ ਨੇ ਜੋ ਸਾਡੇ ਕੋਲ ਅੰਮ੍ਰਿਤਸਰ ਪਹੁੰਚ ਰਹੇ, ਜਲੰਧਰ ਪਹੁੰਚ ਰਹੇ ਜਾਂ ਚੰਡੀਗੜ੍ਹ ਪਹੁੰਚ ਰਹੇ, ਸੋ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਸੀ ਕਿ ਬਠਿੰਡੇ ਤੋਂ ਚੱਲ ਕੇ ਜਾਣਾ, ਬਠਿੰਡੇ ਦੇ ਆਸੇ ਪਾਸੇ ਦੂਰ ਪਿੰਡ ਪੈਂਦੇ ਆ। ਸੋ ਉਹਨਾਂ ਦੇ ਲਈ ਅਸੀਂ ਬਠਿੰਡਾ ਬ੍ਰਾਂਚ ਓਪਨ ਦਾ ਜੋ ਉਪਰਾਲਾ ਕੀਤਾ ਤਾਂ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਸੋ ਬਠਿੰਡਾ ਦੇ ਵਿੱਚ ਅਜੀਤ ਰੋਡ 'ਤੇ ਆਪਣੀ ਬ੍ਰਾਂਚ ਓਪਨ ਹੋਈ ਹੈ, ਸੋ ਤਾਂ ਕਿ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਆਵੇ, ਈਜ਼ੀਲੀ ਉਹ ਫਾਈਂਡ ਕਰ ਸਕਦੇ ਨੇ ਜੀ। ਪਰ ਓਮ ਗਲੋਬਲ ਨਾਲ ਕੰਮ ਕਰਦਿਆਂ ਜਾਂ ਓਮ ਗਲੋਬਲ ਨੂੰ ਇਸ ਮੰਚ 'ਤੇ ਲਿਆਉਂਦਿਆਂ, ਦਰਸ਼ਕਾਂ ਦੇ ਰੂਬਰੂ ਕਰਾਉਂਦਿਆਂ, ਸ਼ਾਇਦ ਮੈਨੂੰ ਵੀ ਜ਼ਿਆਦਾ ਨਹੀਂ ਤਾਂ 7-8 ਸਾਲ ਹੋ ਗਏ ਹੋਣਗੇ, ਉਹ 8 ਸਾਲਾਂ ਦੇ ਵਿੱਚ ਬੜੇ ਵੀਜ਼ੇ ਲੱਗਦੇ ਵੇਖੇ, ਵੀਜ਼ੇ ਰਿਫਿਊਜ਼ ਵੀ ਹੁੰਦੇ ਹਰ ਇੱਕ ਕੰਸਲਟੈਂਟ ਦੇ ਹੁੰਦੇ। ਅੰਮ੍ਰਿਤਸਰ ਬ੍ਰਾਂਚ, ਜਲੰਧਰ ਬ੍ਰਾਂਚ, ਚੰਡੀਗੜ੍ਹ ਬ੍ਰਾਂਚ, ਇਹਨਾਂ ਤਿੰਨਾਂ ਬ੍ਰਾਂਚਾਂ ਦੇ ਵਿੱਚ ਹਰ ਇੱਕ ਮੁਲਕ ਦਾ ਵੀਜ਼ਾ ਲੱਗਦਾ ਵੇਖਿਆ। ਹੁਣ ਬਠਿੰਡਾ ਬ੍ਰਾਂਚ ਤੁਸੀਂ ਕਹਿ ਰਹੇ ਹੋ ਅਸੀਂ ਇੱਥੇ ਓਪਨ ਕੀਤੀ ਹੈ, ਕੀ ਬਠਿੰਡਾ ਬ੍ਰਾਂਚ ਦੇ ਵਿੱਚ ਵੀ ਉਹ ਸਾਰੇ ਮੁਲਕਾਂ ਦੇ ਵੀਜ਼ੇ ਲੱਗਣਗੇ, ਉਹ ਸਾਰੀ ਸਰਵਿਸਿਜ਼ ਮਿਲਣਗੀਆਂ ਜੋ ਓਮ ਗਲੋਬਲ ਦੀ ਚੰਡੀਗੜ੍ਹ ਬ੍ਰਾਂਚੋਂ ਮਿਲਦੀਆਂ ਸੀ ਜਾਂ ਜਲੰਧਰ ਬ੍ਰਾਂਚੋਂ ਮਿਲਦੀਆਂ ਸੀ, ਅੰਮ੍ਰਿਤਸਰ ਬ੍ਰਾਂਚੋਂ ਮਿਲਦੀਆਂ ਸੀ? ਜੀ ਬਿਲਕੁਲ, ਜਿੱਦਾਂ ਕਿ ਆਪਾਂ ਅੰਮ੍ਰਿਤਸਰ, ਜਲੰਧਰ ਜਾਂ ਚੰਡੀਗੜ੍ਹ ਦੇ ਵਿੱਚ ਸਟੱਡੀ ਵੀਜ਼ਾ ਦੇ ਰਹੇ ਹਾਂ, ਟੂਰਿਸਟ ਵੀਜ਼ਾ ਦੇ ਰਹੇ ਹਾਂ, PR ਆਪਾਂ ਦੇ ਰਹੇ ਹਾਂ, ਸੋ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, USA ਐਂਡ ਯੂਰਪ ਕੰਟਰੀ, ਸਾਰੇ ਕਿਤੋਂ ਦੀਆਂ ਸਰਵਿਸਿਜ਼ ਆਪਾਂ ਹਰ ਇੱਕ ਬ੍ਰਾਂਚ ਦੇ ਵਿੱਚ ਪ੍ਰੋਵਾਈਡ ਕਰ ਰਹੇ ਸੀ। ਸੋ ਉਹ ਬਠਿੰਡਾ ਦੇ ਵਿੱਚ ਵੀ ਸਾਰੀਆਂ ਸਰਵਿਸਿਜ਼ ਹਰ ਇੱਕ ਸਟੂਡੈਂਟ ਨੂੰ, ਹਰ ਇੱਕ ਜੋ ਸਾਡਾ ਕਲਾਇੰਟ ਹੈ ਉਸਨੂੰ ਇੱਥੇ ਪ੍ਰੋਵਾਈਡ ਕੀਤੀਆਂ ਜਾਣਗੀਆਂ। ਸੋ ਮੁਲਕਾਂ ਦੀ ਤੁਸੀਂ ਗੱਲ ਕੀਤੀ, ਕੈਨੇਡਾ ਦੀ, ਆਸਟ੍ਰੇਲੀਆ ਦੀ, UK ਦੀ, US ਦੀ, ਆਪਾਂ ਅੱਜ ਦੇ ਸ਼ੋਅ ਦੇ ਵਿੱਚ ਸਿਰਫ ਇੱਕ ਕੰਟਰੀ ਬਾਰੇ ਗੱਲ ਕਰਾਂਗੇ। ਅਗਲੇ ਜਿਹੜੇ ਸ਼ੋਅਜ਼ ਹੋਣਗੇ, ਅਗਲੀ ਜਿਹੜੀ ਆਪਣੀ ਇੰਟਰਵਿਊਜ਼ ਹੋਣਗੀਆਂ, ਉਹਦੇ ਵਿੱਚ ਆਪਾਂ ਫਿਰ ਪਰਟੀਕੁਲਰ ਇੱਕ ਮੁਲਕ ਬਾਰੇ ਗੱਲ ਕਰਾਂਗੇ। ਅੱਜ ਕੈਨੇਡਾ ਤੋਂ ਸ਼ੁਰੂਆਤ ਕਰ ਲੈਂਦੇ, ਕਿਉਂਕਿ ਪੰਜਾਬੀਆਂ ਦੇ ਕਹਿੰਦੇ ਸੁਪਨਿਆਂ ਦੇ ਵਿੱਚ ਵੀ ਰਾਤ ਕੈਨੇਡਾ ਹੀ ਆਉਂਦਾ ਹੈ। ਕੈਨੇਡਾ ਹਰ ਕੋਈ ਜਾਣਾ ਚਾਹੁੰਦਾ, ਜਿਹਦੇ 6 ਬੈਂਡ ਉਹ ਵੀ ਕੈਨੇਡਾ ਪਹੁੰਚਣਾ ਚਾਹੁੰਦਾ, ਜਿਹਦੇ 5.5 ਬੈਂਡ ਉਹ ਵੀ ਕੈਨੇਡਾ ਪਹੁੰਚਣਾ ਚਾਹੁੰਦਾ, ਜਿਹਦੇ 8 ਬੈਂਡ ਉਹ ਵੀ ਕੈਨੇਡਾ ਜਾਣਾ ਚਾਹੁੰਦਾ। ਪਰ ਪਿਛਲੇ 6 ਮਹੀਨਿਆਂ ਦੀ ਗੱਲ ਕਰ ਲਈਏ ਤਾਂ ਕੈਨੇਡਾ ਨੂੰ ਲੈ ਕੇ ਬੜੇ ਅਪਸ ਐਂਡ ਡਾਊਨਸ ਆਏ, ਬੜੇ ਉਤਾਰ ਚੜਾਅ ਵੇਖਣ ਨੂੰ ਮਿਲੇ। ਕਦੀ ਜਿਹੜੀਆਂ ਨੇ ਇਹ AIPs ਆਉਣੀਆਂ ਸ਼ੁਰੂ ਹੋ ਗਈਆਂ, ਫਿਰ AIPs ਤੋਂ ਬਾਅਦ ਕੁਛ ਇੱਕ ਰਿਫਿਊਜ਼ਲ ਸੁਣਨ ਨੂੰ ਮਿਲੀਆਂ,
ਫਿਰ ਪਾਸਪੋਰਟ ਰਿਕੁਐਸਟ ਆਉਣੀਆਂ ਸ਼ੁਰੂ ਹੋ ਗਈਆਂ ਕੈਨੇਡਾ ਦੀਆਂ। ਉਸ ਤੋਂ ਬਾਅਦ ਫਿਰ ਸੁਣਨ ਨੂੰ ਆਇਆ ਕਿ ਦੁਬਾਰਾ EAPs ਆ ਗਈਆਂ। ਉਸ ਤੋਂ ਬਾਅਦ 31 ਦਸੰਬਰ ਨੂੰ ਕਿਊਬੈਕ ਦੇ 10 ਕਾਲਜਿਸ ਦੀਆਂ CAQs ਜਿਹੜੀਆਂ ਸੀ ਉਹ ਟੈਂਪਰੇਰੀ ਸਸਪੈਂਡ ਕਰ ਦਿੱਤੀਆਂ ਗਈਆਂ। ਉਸ ਤੋਂ ਬਾਅਦ ਫਿਰ ਇਹ ਖਬਰ ਆਉਂਦੀ ਹੈ ਕਿ ਕੁਝ ਕਾਲਜਿਸ ਦੀਆਂ CAQs ਬਹਾਲ ਕਰ ਦਿੱਤੀਆਂ ਗਈਆਂ। ਵੀਜ਼ੇ ਕਿਊਬੈਕ ਦੇ ਬਹੁਤ ਸਲੋ ਚੱਲ ਰਹੇ ਸੀ, ਪਰ ਅੱਜ ਤੁਹਾਡੇ ਕੋਲ ਅਪਡੇਟ ਕੀ ਹੈ ਕੈਨੇਡਾ ਨੂੰ ਲੈ ਕੇ? ਤੁਹਾਡੀ ਬਹੁਤ ਸਾਰੀਆਂ ਫਾਈਲਸ ਜਿਹੜੀਆਂ ਵੈਸੀ ਲੱਗੀਆਂ ਹੋਣਗੀਆਂ, ਰੋਜ਼ਾਨਾ ਬੱਚੇ ਤੁਹਾਡੇ ਕੋਲ ਆਉਂਦੇ ਆ ਕੇਸਿਸ ਅਪਲਾਈ ਕਰਨ ਲਈ, ਸੋ ਕੀ ਕੈਨੇਡਾ ਦਾ ਕੀ ਚੱਲ ਰਿਹਾ, ਕੀ ਵੀਜ਼ੇ ਆ ਰਹੇ ਆ ਜਾਂ ਹਜੇ ਵੀ ਵੀਜ਼ੇ ਰੁਕੇ ਹੋਏ ਆ? ਜੀ ਦੇਖੋ, ਜੇਕਰ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਰਹੀ ਆ ਤਾਂ ਕੈਨੇਡਾ ਦੀ ਵੀ ਪਹਿਲੀ ਪਸੰਦ ਜੋ ਪੰਜਾਬੀ ਹੀ ਨੇ। ਸੋ ਬਿਲਕੁਲ ਵੀਜ਼ਾਸ ਆ ਰਹੇ ਆ। ਦੇਖੋ, AIP ਦੇਣੇ ਸਟਾਰਟ ਕੀਤੇ, ਬਾਕੀ ਕੰਟਰੀਜ਼ ਨੇ ਕਿਤੇ ਨਾ ਕਿਤੇ ਸਟੋਪ ਕਰਤਾ ਪ੍ਰੋਸੈਸ, ਬਟ ਕੈਨੇਡਾ ਨੇ ਆਪਣੇ ਜੋ ਸਟੂਡੈਂਟਸ ਨੇ, ਇੰਟਰਨੈਸ਼ਨਲ ਸਟੂਡੈਂਟਸ ਨੇ, ਉਹਨਾਂ ਦਾ ਹੱਥ ਨਹੀਂ ਛੱਡਿਆ। ਸੋ ਉਹਨਾਂ ਨੇ AIP ਦਿੱਤੇ, ਉਹਨਾਂ ਨੇ ਔਨਲਾਈਨ ਕਲਾਸਿਸ ਲਗਾਈਆਂ। ਸੋ ਜੇ ਆਪਾਂ ਵੀਜ਼ਾਸ ਦੀ ਗੱਲ ਕਰਦੇ ਹਾਂ, ਵੀਜ਼ਾਸ ਆ ਰਹੇ ਨੇ ਹੁਣ ਨੋਨ SDS ਕੈਟਾਗਰੀ ਦੇ ਵਿੱਚ, ਬਹੁਤ ਵੀਜ਼ਾਸ ਆ ਰਹੇ ਨੇ। ਲਾਸਟ ਮੰਡੇ ਦੀ ਜੇਕਰ ਮੈਂ ਗੱਲ ਕਰਾਂ ਤਾਂ 70 ਵੀਜ਼ਾਸ ਆਪਣੇ ਨੋਨ SDS ਕੈਟਾਗਰੀ ਦੇ ਵਿੱਚ ਜੋ ਨੇ ਅਪਰੂਵ ਹੋਏ ਜੀ ਇੱਕ ਦਿਨ ਦੇ ਵਿੱਚ, ਲਾਸਟ ਮੰਡੇ ਦੀ ਗੱਲ ਹੈ। ਸੋ ਉਹ ਅਪਰੂਵ ਹੋਏ ਨੇ। ਸੋ ਇਹ ਕੋਈ ਪ੍ਰੋਬਲਮ ਨਹੀਂ ਹੈ। ਕਈ ਸਾਡੇ ਕੋਲ ਸਟੂਡੈਂਟਸ ਆਉਂਦੇ ਆ, ਕਹਿੰਦੇ ਆ ਕਿ ਜੀ ਮੈਮ ਸਾਡਾ ਵੀਜ਼ਾ ਨਹੀਂ ਆਇਆ, ਸਾਡੀ ਨੋਨ SDS ਕੈਟਾਗਰੀ ਦੇ ਵਿੱਚ ਫਾਈਲ ਸੀ, ਬਟ ਇੱਦਾਂ ਕੁਛ ਵੀ ਨਹੀਂ ਆ, ਨੋਨ SDS ਕੈਟਾਗਰੀ ਦੇ ਵਿੱਚ ਵੀ ਵੀਜ਼ਾਸ ਆ ਰਹੇ ਨੇ। ਸੋ ਘਬਰਾਉਣ ਦੀ ਕੋਈ ਗੱਲ ਨਹੀਂ ਆ, ਕੈਨੇਡਾ ਦੁਬਾਰਾ ਵੈਲਕਮ ਕਰ ਰਿਹਾ ਸਾਰੇ ਸਟੂਡੈਂਟਸ ਦਾ। ਜੇ ਉਹ ਤੁਸੀਂ ਟਰੈਵਲ ਨਹੀਂ ਕਰਨਾ ਚਾਹੁੰਦੇ, ਤੁਸੀਂ ਔਨਲਾਈਨ ਕਲਾਸਿਸ ਲਗਾਓ, ਹਰ ਚੀਜ਼ ਕੈਨੇਡਾ ਤੁਹਾਡੇ ਲਈ ਅਵੇਲੇਬਲ ਕਰ ਰਿਹਾ, ਚਾਹੇ ਤੁਸੀਂ ਔਨਲਾਈਨ ਪੜ੍ਹਨਾ, ਚਾਹੇ ਤੁਸੀਂ ਉੱਥੇ ਜਾ ਕੇ ਪੜ੍ਹਨਾ, ਉੱਥੇ ਬਹਿ ਕੇ ਤੁਸੀਂ ਔਨਲਾਈਨ ਕਲਾਸਿਸ ਲਗਾਉਣੇ, ਇਟਸ ਅਪ ਟੂ ਯੂ। ਸੋ ਕੈਨੇਡਾ ਕੋਈ ਇੱਦਾਂ ਨਹੀਂ ਹੈ ਕਿ ਤੁਸੀਂ ਵੀਜ਼ਾ ਲਵਾਓਗੇ ਤੁਹਾਡਾ ਰਿਫਿਊਜ਼ ਹੋਏਗਾ, ਬਿਲਕੁਲ ਵੀਜ਼ਾਸ ਆ ਰਹੇ ਨੇ ਜੀ। ਹੁਣ ਤੁਸੀਂ ਕਹਿ ਰਹੇ ਹੋ ਕਿ ਨੋਨ SDS ਕੈਟਾਗਰੀਜ਼ ਦੇ ਵਿੱਚ ਤੁਹਾਡੇ 70 ਵੀਜ਼ਾਸ ਅਪਰੂਵ ਹੋਏ ਜਾਣੇ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ 70 ਵੀਜ਼ੇ ਇੱਕ ਦਿਨ 'ਚ ਅਪਰੂਵ ਹੋਣਾ ਨੋਨ SDS ਦੇ ਵਿੱਚ, ਇਹ ਬਹੁਤ ਵੱਡਾ ਬੈਂਚਮਾਰਕ ਕਹਿ ਸਕਦੇ ਹੋ, ਬਹੁਤ ਵੱਡਾ ਇਹ ਉਪਲਬਧੀ ਕਹਿ ਸਕਦੇ ਹਾਂ, ਪਰ ਨੋਨ SDS ਦੇ ਵਿੱਚ ਵੀਜ਼ੇ ਸੁਣਿਆ ਕਹਿੰਦੇ ਰਿਫਿਊਜ਼ ਵੀ ਬਹੁਤ ਹੁੰਦੇ ਆ, ਪਰ ਜਿਨ੍ਹਾਂ ਦੀ ਰਿਫਿਊਜ਼ਲ ਹੁੰਦੀ ਆ ਉਹਨਾਂ ਦਾ ਪੈਸੇ ਦਾ ਕਿੰਨਾ ਨੁਕਸਾਨ ਹੋ ਜਾਂਦਾ? ਸਰ ਦੇਖੋ, ਪੈਸੇ ਦਾ ਨੁਕਸਾਨ ਹੋਏਗਾ ਜੇ ਤੁਸੀਂ ਇਨਵੈਸਟਮੈਂਟ ਆਪ ਕਰ ਰਹੇ ਹੋ, ਠੀਕ ਹੈ, ਜ਼ਿਆਦਾ ਨਹੀਂ ਥੋੜ੍ਹਾ ਹੋਏਗਾ, ਥੋੜ੍ਹਾ ਨਹੀਂ ਜ਼ਿਆਦਾ ਹੋਏਗਾ। ਸੋ ਆਪਾਂ ਕੋਈ ਵੀ ਸਟੈਪ ਚੁੱਕਦੇ ਹਾਂ, ਹਰ ਇੱਕ ਚੀਜ਼ ਦੇ ਵਿੱਚ ਨੁਕਸਾਨ ਹੈ। ਸੋ ਓਮ ਗਲੋਬਲ ਦੀ ਕੀ ਖਾਸੀਅਤ ਹੈ ਕਿ ਅਸੀਂ ਬੱਚੇ ਦਾ ਨੁਕਸਾਨ ਨਹੀਂ ਹੋਣ ਦਿੰਦੇ। ਸੋ ਓਮ ਗਲੋਬਲ ਇਹੀ ਚੀਜ਼ ਸਰਵਿਸ ਜੋ ਹੈ ਮੇਨਲੀ ਦੇ ਰਿਹਾ ਕਿ ਬੱਚੇ ਨੇ SDS ਕੈਟਾਗਰੀ ਕਰਨਾ, ਨੋਨ SDS ਕੈਟਾਗਰੀ ਕਰਨਾ। ਸੋ ਉਹ ਚੀਜ਼ ਆਪਾਂ ਜੋ ਉਹਦੇ ਚਾਰਜਸ ਨੇ ਜਾਂ ਫੀਸਿਸ ਨੇ, ਉਹ ਸਾਰੀਆਂ ਬੱਚੇ ਨੇ ਆਫਟਰ ਵੀਜ਼ਾ ਪੇ ਕਰਨੀਆਂ ਨੇ। ਪਹਿਲਾਂ ਬੱਚੇ ਨੇ ਸਿੰਗਲ ਪੈਨੀ ਨਹੀਂ ਪੇ ਕਰਨੀ। ਸੋ ਸਾਡੇ ਕੋਲੋਂ ਜੇ ਕੋਈ ਬੱਚਾ ਅਪਲਾਈ ਕਰ ਰਿਹਾ ਤਾਂ ਉਹਦਾ 1% ਵੀ ਈਵਨ ਸਿੰਗਲ ਪੈਨੀ ਦਾ ਨੁਕਸਾਨ ਨਹੀਂ ਹੈ ਜੀ। ਪਰ ਬਹੁਤ ਸਾਰੇ ਕੰਸਲਟੈਂਟ ਨੇ ਪੰਜਾਬ ਦੇ ਵਿੱਚ, ਆਪਾਂ ਪੰਜਾਬ ਦੀ ਚਲੋ ਬਹੁਤ ਵੱਡੀ ਗੱਲ ਕਰ ਲਈ, ਆਪਾਂ ਬਠਿੰਡੇ ਅੱਜ ਆਏ ਹੋਏ ਹਾਂ, ਬਠਿੰਡੇ ਦੀ ਗੱਲ ਕਰ ਲਈਏ, ਤੁਹਾਡੇ ਅਜੀਤ ਰੋਡ 'ਤੇ ਤੁਹਾਡਾ ਦਫ਼ਤਰ, ਅਜੀਤ ਰੋਡ 'ਤੇ ਮੇਰੇ ਖਿਆਲ ਜ਼ਿਆਦਾ ਨਹੀਂ ਤਾਂ 100 ਦਫ਼ਤਰ ਹੋਣਾ ਜੀ, ਔਰ ਉਹ 100 ਦਫ਼ਤਰ ਦੇ ਵਿੱਚੋਂ 80 ਬੰਦੇ ਤਾਂ ਇਹੋ ਜਿਹੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਅਸੀਂ ਵੀ 100% ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ। ਪਰ ਜਦੋਂ ਕਲਾਇੰਟ ਜਾਂਦਾ ਹੈ ਕੋਈ ਮੇਰੇ ਅਰਗਾ, ਤਾਂ ਉਹਨੂੰ ਕਹਿ ਦਿੱਤਾ ਜਾਂਦਾ ਕਿ ਠੀਕ ਹੈ ਤੂੰ ਫੀਸ ਬਾਅਦ 'ਚ ਦੇ ਦੀ, ਤੂੰ ਸਾਡੀ ਕੰਪਨੀ ਦੇ ਪ੍ਰੋਸੈਸਿੰਗ ਚਾਰਜਿਸ, ਰਜਿਸਟ੍ਰੇਸ਼ਨ ਫੀਸ ਦੇ ਨਾਮ ਦੇ 15,000-20,000 ਦੇ ਜਾ। ਹੁਣ ਜੇ ਕੋਈ ਰਜਿਸਟ੍ਰੇਸ਼ਨ ਚਾਰਜਿਸ ਵੀ ਇਹ ਇਮੀਗ੍ਰੇਸ਼ਨ ਕੰਸਲਟੈਂਟ ਨਹੀਂ ਮੰਗਦਾ, ਤਾਂ ਉਹ ਕਹਿੰਦਾ ਜੀ ਤੂੰ ਫਲਾਣੇ ਫਲਾਣੇ ਕਾਲਜ ਅਪਲਾਈ ਕਰਨਾ, ਤੇਰੀ ਫੀਸ ਵੀਜ਼ਾ ਤੋਂ ਬਾਅਦ ਆ, ਤੂੰ ਸਿਰਫ LOA ਦੇ ਚਾਰਜਿਸ ਦੇ ਜਾ। ਮਤਲਬ ਕਿਸੇ ਨਾ ਕਿਸੇ ਬਹਾਨੇ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਰੁਪਈਆ 40,000-50,000 ਲੈ ਲਿਆ ਜਾਂਦਾ ਹੈ। ਹੁਣ ਬੱਚਾ ਕਨਫਿਊਜ਼ ਹੈ ਕਿ ਫੀਸ ਆਫਟਰ ਵੀਜ਼ਾ ਨਾਮ ਤੇ ਕਿਹਾ ਤਾਂ ਜਾਂਦਾ ਹੈ, 100% ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤਾਂ ਕਹੇ ਜਾਂਦੇ ਆ, ਪਰ ਫਿਰ ਵੀ 50,000-60,000 ਰੁਪਏ ਲੈ ਲਿਆ ਜਾਂਦਾ ਹੈ ਜੀ। ਬਿਲਕੁਲ, ਇਹੀ ਖਾਸੀਅਤ ਹੈ ਹੁੰਦੀ, ਮੈਂ ਬਾਹਰ ਪਹਿਲਾਂ ਵੀ ਇਹੀ ਗੱਲ ਕਹੀ ਹੈ ਨਾ। ਸੋ ਅਸੀਂ ਸਿੰਗਲ ਪੈਨੀ ਵੀ, ਕੋਈ ਹਿਡਨ ਚਾਰਜਸ ਨਹੀਂ ਆ, ਕੋਈ ਤੁਹਾਡੇ ਤੋਂ ਅਸੀਂ ਪਹਿਲਾਂ ਟਿਊਸ਼ਨ ਫੀਸ ਨਹੀਂ ਲੈ ਰਹੇ, ਕੋਈ ਤੁਹਾਡੇ ਤੋਂ ਐਪਲੀਕੇਸ਼ਨ ਫੀਸ ਨਹੀਂ ਲੈ ਰਹੇ, ਕੋਈ ਤੁਹਾਡੇ ਤੋਂ ਲਾਈਕ ਫੰਡਿੰਗ ਨਹੀਂ ਲੈ ਰਹੇ, ਨਥਿੰਗ। ਜੋ ਵੀ ਹੈ ਉਹ ਸਾਰਾ ਕੁਝ ਓਮ ਗਲੋਬਲ ਹੀ ਪ੍ਰੋਵਾਈਡ ਕਰੇਗਾ। ਸੋ
ਸਭ ਤੋਂ ਪਹਿਲਾਂ ਅਸੀਂ ਕੁਆਲਿਟੀ ਦੇ ਰਹੇ ਹਾਂ ਬੱਚੇ ਨੂੰ। ਇਹ ਨਹੀਂ ਆ ਕਿ ਜੇ ਸਾਡੇ ਕੋਲ ਬੱਚਾ ਆ ਗਿਆ ਅਸੀਂ ਉਹਨੂੰ ਇਹ ਕਹਿ ਕੇ ਕਿ ਤੁਹਾਡਾ ਜੋ ਫੀਸ ਆਫਟਰ ਵੀਜ਼ਾ ਹੈ ਤਾਂ ਅਸੀਂ ਉਹਨੂੰ ਕਿਸੇ ਵੀ ਲਾਈਕ ਜਿੱਥੇ ਵਰਕ ਪਰਮਿਟ ਨਹੀਂ ਉੱਥੇ ਪਾ ਦਾਂਗੇ। ਸੋ ਪ੍ਰਾਈਵੇਟ ਕਾਲਜਸ ਭੇਜ ਦਿੰਦੇ ਆ। ਹਾਂਜੀ ਮੇਨਲੀ। ਸੋ ਆਪਣਾ ਉਹ ਕੰਮ ਨਹੀਂ ਹੈ। ਜੇ ਓਮ ਗਲੋਬਲ ਕੋਲ ਬੱਚਾ ਆ ਰਿਹਾ ਉਹਦੀ ਪ੍ਰੋਫਾਈਲ ਅਸੈਸ ਕੀਤੀ ਜਾਂਦੀ ਹੈ। ਜੇਕਰ ਉਹ SDS ਕੈਟਾਗਰੀ ਦੇ ਲਈ ਐਲੀਜੀਬਲ ਹੈ, ਪਬਲਿਕ ਕਾਲਜ ਦੇ ਵਿੱਚ ਜਾ ਰਿਹਾ, ਤਾਂ ਉਹਨੂੰ ਪਬਲਿਕ ਕਾਲਜ ਦੇ ਵਿੱਚ ਹੀ ਭੇਜਿਆ ਜਾਵੇਗਾ ਤਾਂ ਕਿ ਉਹਨੂੰ ਆਫਟਰ ਵੀਜ਼ਾ ਜੋ ਹੈ ਉਹ ਪ੍ਰੋਬਲਮ ਨਾ। ਜੀ ਸੋ ਪਬਲਿਕ ਕਾਲਜ ਦੀ ਤੁਸੀਂ ਗੱਲ ਕਰ ਰਹੇ ਹੋ, ਹੁਣ ਪਬਲਿਕ ਕਾਲਜ ਦੇ ਵਿੱਚ ਸਰਕਾਰੀ ਕਾਲਜਿਸ ਦੀ ਆਪਾਂ ਗੱਲ ਕਰ ਲਈਏ, ਸ਼ੈਰੀਡਨ ਕਾਲਜ ਵੀ ਆਉਂਦਾ ਹੈ, ਮੋਹਾਕ ਕਾਲਜ ਵੀ ਆਉਂਦਾ ਹੈ, ਲੈਮਟਨ ਕਾਲਜ ਵੀ ਆਉਂਦਾ ਹੈ, ਬਹੁਤ ਸਾਰੀ ਯੂਨੀਵਰਸਿਟੀਜ਼ ਵੀ ਆਉਂਦੀ ਹੈ। ਸੋ ਉਹਨਾਂ ਯੂਨੀਵਰਸਿਟੀਜ਼ ਦੇ ਵਿੱਚ ਜਾਂ ਉਹਨਾਂ ਕਾਲਜਿਸ ਦੇ ਵਿੱਚ ਨਾ ਸਰਕਾਰੀ ਕਾਲਜਾਂ ਦੇ ਵਿੱਚ ਜੇ ਬੱਚਾ ਐਡਮਿਸ਼ਨ ਲੈਣਾ ਚਾਹੁੰਦਾ ਹੈ ਉਹਦੀ ਐਲੀਜੀਬਿਲਿਟੀ ਬਣਦੀ ਪਈ ਹੈ 6 ਬੈਂਡ ਆ ਜਾਂ 6.5 ਬੈਂਡ ਆ 7 ਬੈਂਡ ਬੱਚੇ ਦੇ, ਕੀ ਉਹਦੇ ਕੋਲ 100% ਪੈਸੇ ਵੀਜ਼ੇ ਤੋਂ ਬਾਅਦ ਲਓਗੇ? ਬਿਲਕੁਲ ਸਰ, ਜੋ ਵੀ ਫੀਸ ਹੈ ਉਹ ਆਫਟਰ ਵੀਜ਼ਾ ਹੈ, ਸਿੰਗਲ ਪੈਨ ਈਵਨ ਬੱਚੇ ਨੇ ਪੇ ਨਹੀਂ ਕਰਨੀ। ਮੈਂ ਰਿਪੀਟ ਕਰ ਰਹੀ ਹਾਂ ਉਹ ਚੀਜ਼ ਕਿ ਸਭ ਕੁਛ ਆਫਟਰ ਵੀਜ਼ਾ ਹੈ, ਚਾਹੇ ਉਹ SDS ਕੈਟਾਗਰੀ ਦੇ ਲਈ ਐਲੀਜੀਬਲ ਹੈ, ਚਾਹੇ ਨੋਨ SDS ਦੇ ਲਈ, ਚਾਹੇ ਬੱਚੇ ਦੀ ਆਪਣੀ ਪ੍ਰੈਫਰੈਂਸ ਦਾ ਕਾਲਜ ਹੈ, ਸ਼ੈਰੀਡਨ ਹੈ, ਲੈਮਟਨ ਹੈ, ਹੰਬਰ ਹੈ, ਅਲੈਗਜ਼ੈਂਡਰ ਹੈ, ਐਨੀ ਕਾਲਜ, ਜੋ ਵੀ ਬੱਚਾ ਪ੍ਰੈਫਰੈਂਸ ਲੈ ਕੇ ਆਵੇਗਾ ਉਹਨੂੰ ਕੋਈ ਨੁਕਸਾਨ ਨਹੀਂ ਹੈ। ਸਾਰੀ ਜੋ ਫੀਸ ਹੈ ਉਹ ਓਮ ਗਲੋਬਲ ਪੇ ਕਰੇਗਾ ਐਂਡ ਸਾਰੀ ਜੋ ਚਾਰਜਸ ਨੇ ਉਹ ਆਫਟਰ ਵੀਜ਼ਾ ਹੀ ਲੈਤੇ ਜਾਣਗੇ। ਜੀ ਸੋ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ ਕਿ ਅੱਜ ਖਾਸ ਤੌਰ 'ਤੇ ਬਠਿੰਡਾ ਪਹੁੰਚੇ ਹੋਏ ਸੀ, ਮਾਲਵੇ ਦਾ ਸ਼ਹਿਰ ਹੈ ਬਠਿੰਡਾ, ਓਮ ਗਲੋਬਲ ਵੱਲੋਂ ਨਵੀਂ ਬ੍ਰਾਂਚ ਓਪਨ ਕੀਤੀ ਗਈ ਹੈ ਬਠਿੰਡਾ ਦੇ ਵਿੱਚ। ਇਹ ਕੋਈ ਫਰੈਂਚਾਈਜ਼ੀ ਨਹੀਂ ਹੈ, ਇਹ ਓਮ ਗਲੋਬਲ ਦਾ ਪਾਰਟ ਹੈ। ਇੱਕ ਓਮ ਗਲੋਬਲ ਨੇ ਆਪਣੀ ਬ੍ਰਾਂਚ ਹੀ ਓਪਨ ਕੀਤੀ ਬਠਿੰਡਾ ਦੇ ਵਿੱਚ ਅਜੀਤ ਰੋਡ 'ਤੇ। ਕਿਉਂ? ਕਿਉਂਕਿ ਬਠਿੰਡਾ ਮਾਨਸਾ ਇੱਧਰਲੇ ਪਾਸੇ ਤੋਂ ਬਹੁਤ ਬੱਚੇ ਜਦੋਂ ਓਮ ਗਲੋਬਲ ਦੀ ਸਰਵਿਸਿਜ਼ ਲੈਣਾ ਚਾਹੁੰਦੇ ਸੀ ਤਾਂ ਬਹੁਤ ਔਖਾ ਹੁੰਦਾ ਸੀ, ਕਿਉਂਕਿ ਜਾਂ ਤਾਂ ਔਨਲਾਈਨ ਸਰਵਿਸਿਜ਼ ਲੈਣੀਆਂ ਪੈਂਦੀਆਂ ਸੀ ਜਾਂ ਸਪੈਸ਼ਲੀ ਚੰਡੀਗੜ੍ਹ ਜਾਣਾ ਪੈਂਦਾ ਸੀ। ਸੋ ਮਾਲਵੇ ਦੇ ਲੋਕਾਂ ਨੂੰ ਸਰਵਿਸਿਜ਼ ਦੇਣ ਲਈ ਅੱਜ ਜਿਹੜੀ ਓਮ ਗਲੋਬਲ ਵੱਲੋਂ ਹੁਣ ਬਠਿੰਡਾ ਦੇ ਵਿੱਚ ਵੀ ਬ੍ਰਾਂਚ ਓਪਨ ਕਰ ਲਈ ਗਈ ਹੈ। ਪੁਨੀਤ ਖੰਨਾ ਜੋ ਕਿ ਓਮ ਗਲੋਬਲ ਇਮੀਗ੍ਰੇਸ਼ਨ ਤੋਂ ਅਸੀਂ ਅਕਸਰ ਤੁਹਾਨੂੰ ਮਿਲਾਉਂਦੇ ਰਹਿੰਦੇ ਹਾਂ, ਇਹ ਉਹਨਾਂ ਦੀ ਹੀ ਬ੍ਰਾਂਚ ਹੈ। ਸੋ ਓਮ ਗਲੋਬਲ ਦੀ ਇਸ ਬ੍ਰਾਂਚ ਦੇ ਵਿੱਚ ਜੇ ਤੁਸੀਂ ਆਉਣਾ ਚਾਹੁੰਦੇ ਹੋ, ਕਾਲ ਕਰਕੇ ਆਪਣੀ ਅਪੁਆਇੰਟਮੈਂਟ ਲੈ ਕੇ ਜ਼ਰੂਰ ਮਿਲ ਲਓ। ਇੱਥੇ ਬਠਿੰਡਾ ਬ੍ਰਾਂਚ ਦੇ ਜੋ ਮੈਨੇਜਰ ਨੇ ਮੈਡਮ ਪ੍ਰਿਤਪਾਲ ਕੌਰ, ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ। ਸੋ ਉਹਨਾਂ ਗਿਆਨ ਇਹ ਵੀ ਰੱਖਦੇ ਨੇ ਤਾਂ ਕਿ ਬੱਚਿਆਂ ਨੂੰ ਸਹੀ ਰਸਤੇ 'ਤੇ ਤੋਰ ਕੇ ਉਹਨਾਂ ਦੇ ਕਨੇਡਾ ਜਾਂ ਹੋਰਨਾਂ ਮੁਲਕਾਂ 'ਚ ਜਾਣ ਦੇ ਜਿਹੜੇ ਸੁਪਨੇ ਪੂਰੇ ਕਰਵਾ ਸਕਣ। ਨੰਬਰ ਤੁਹਾਡੀ ਟੀਵੀ ਸਕਰੀਨ 'ਤੇ ਅਸੀਂ ਵਾਰ ਵਾਰ ਚਲਾ ਰਹੇ ਹਾਂ, ਇੱਕ ਵਾਰ ਫਿਰ ਤੋਂ ਨੰਬਰ ਬੋਲ ਕੇ ਵੀ ਦੱਸ ਦਿੰਦੇ ਹਾਂ, 9291661 9216192167। ਫਿਰ ਨੰਬਰ ਨੋਟ ਕਰ ਲਵੋ, 9291661 9216192167। ਸੋ ਓਮ ਗਲੋਬਲ ਨੂੰ ਮਿਲ ਕੇ ਤੁਸੀਂ ਕਿਸੇ ਵੀ ਮੁਲਕ ਦੇ ਸਟੱਡੀ ਵੀਜ਼ਾ ਸੰਬੰਧੀ ਇਨਫੋਰਮੇਸ਼ਨ ਲੈ ਸਕਦੇ ਹੋ, 100% ਪੈਸੇ ਦੇ ਸਕਦੇ ਹੋ ਵੀਜ਼ਾ ਲੱਗਣ ਤੋਂ ਬਾਅਦ। ਹੁਣ ਇੱਕ ਚੀਜ਼ ਬਹੁਤ ਮਸ਼ਹੂਰ ਆ ਕਿ ਓਮ ਗਲੋਬਲ 100% ਪੈਸੇ ਵੀਜ਼ਾ ਲੱਗਣ ਤੋਂ ਬਾਅਦ ਕਿਉਂ ਲੈਂਦਾ? ਉਹਦਾ ਰੀਜ਼ਨ ਇਹ ਹੋ ਸਕਦਾ ਹੈ ਕਿ ਉਹਨੂੰ ਓਮ ਗਲੋਬਲ ਨੂੰ ਆਪਣੀ ਟੀਮ 'ਤੇ, ਆਪਣੇ ਕੰਮ 'ਤੇ ਯਕੀਨ ਹੈ, ਭਰੋਸਾ ਹੈ, ਔਰ ਇੰਨੇ ਸਾਲ ਦਾ ਤਜ਼ਰਬਾ ਇਹ ਤੁਹਾਨੂੰ ਦਰਸਾ ਦਿੰਦਾ ਪਹਿਲਾਂ ਹੀ ਕਿ ਤੁਹਾਡਾ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ। ਇੱਕ ਡਾਕਟਰ ਦਾ ਨਬਜ਼ ਵੇਖ ਕੇ ਦੱਸ ਦਿੰਦਾ ਕਿ ਮਰੀਜ਼ ਨੂੰ ਕਿਹੜੀ ਕਿਹੜੀ ਬਿਮਾਰੀ ਹੈ। ਸੋ ਇੱਕ ਚੰਗੀ ਕੰਪਨੀ, ਇੱਕ ਚੰਗਾ ਕੌਂਸਲਰ, ਇੱਕ ਚੰਗਾ ਮੈਨੇਜਰ ਔਰ ਇੱਕ ਚੰਗਾ ਮਾਲਕ ਕੰਪਨੀ ਦਾ ਤੁਹਾਡੇ ਫਾਈਲ ਦੇਖ ਕੇ ਦੱਸ ਸਕਦਾ ਕਿ ਤੇਰਾ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ। ਅਪਾਰਟ ਫਰੋਮ ਦਿਸ, ਵੀਜ਼ੇ ਲੱਗਦੇ ਵੀ ਆ ਅਤੇ ਵੀਜ਼ੇ ਰਿਫਿਊਜ਼ ਵੀ ਹੁੰਦੇ ਆ, ਪਰ ਓਮ ਗਲੋਬਲ ਦੇ ਲੋਕ ਫਿਰ ਵੀ ਕਿਉਂ ਯਕੀਨ ਕਰਦੇ ਆ ਜ਼ਿਆਦਾ? ਕਿਉਂਕਿ ਓਮ ਗਲੋਬਲ ਕਿਸੇ ਦਾ ਪੈਸਾ ਖਰਾਬ ਨਹੀਂ ਹੋਣ ਦਿੰਦਾ। ਸੋ ਜਿਵੇਂ ਮੈਡਮ ਪ੍ਰਿਤਪਾਲ ਕੌਰ ਉਹਨਾਂ ਦੱਸਿਆ ਕਿ ਜੇਕਰ ਕੈਨੇਡਾ ਜਾਣਾ ਹੈ, ਕੋਈ ਕੰਪਨੀ ਦੀ ਐਡਵਾਂਸ ਫੀਸ ਨਹੀਂ, ਰਜਿਸਟ੍ਰੇਸ਼ਨ ਫੀਸ ਦੇ ਨਾਮ 'ਤੇ ਕੋਈ 10-20 ਹਜ਼ਾਰ ਰੁਪਏ ਲਿਆ ਜਾਊਗਾ, ਕੋਈ ਆਫਰ ਲੈਟਰ ਦੀ ਫੀਸ ਨਹੀਂ, ਕੋਈ ਤੁਹਾਡੀ ਕਾਲਜ ਦੀ ਫੀਸ ਤੁਸੀਂ ਐਡਵਾਂਸ ਨਹੀਂ ਦੇਣੀ, ਜੇ ਕਿਊਬੈਕ ਦੇ ਵਿੱਚ ਜਾਣਾ ਹੈ ਕੋਈ CAQ ਦੀ ਫੀਸ ਨਹੀਂ ਦੇਣੀ, ਅਤੇ ਜੇ ਅੰਬੈਸੀ ਫੀਸ ਭਰਨ ਦੀ ਗੱਲ ਆਉਂਦੀ ਹੈ ਤਾਂ ਅੰਬੈਸੀ ਫੀਸ ਵੀ ਐਡਵਾਂਸ ਨਹੀਂ ਦੇਣੀ।
100% ਪੈਸੇ ਮਤਲਬ 100% ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੁਹਾਡੇ ਕੋਲ ਲੈ ਜਾਣਗੇ ਜੇਕਰ ਤੁਸੀਂ ਓਮ ਗਲੋਬਲ ਕੋ ਅਪਲਾਈ ਕਰਦੇ ਹੋ। ਸੋ ਇੱਕ ਸਵਾਲ ਮੇਰਾ ਪ੍ਰਿਤਪਾਲ ਕੌਰ ਹੋਰ ਪੁੱਛਣਾ ਚਾਹਾਂਗੇ ਤੁਹਾਡੇ ਕੋਲੋਂ ਕਿ ਚੰਗੇ ਕੇਸਿਸ 'ਤੇ ਹਰ ਕੋਈ ਇਨਵੈਸਟ ਕਰਨਾ ਚਾਹੁੰਦਾ, ਜੇ ਕਹਾਵਤ ਦੀ ਗੱਲ ਕਰਾਂ ਤੇ ਉਸ ਘੋੜੇ ਤੋਂ ਹਰ ਕੋਈ ਪੈਸਾ ਲਾਉਣਾ ਚਾਹੁੰਦਾ ਜਿਹਨੇ ਜਿੱਤਣਾ, ਜਿਹੜਾ ਲੱਗਦਾ ਕਿ ਜੇਜੂਗਾ, ਹਾਰਨ ਵਾਲੇ ਤਾਂ ਕੋਈ ਪੈਸਾ ਨਹੀਂ ਲਾਉਂਦਾ। ਅਸੀਂ ਬੱਚੇ ਦੇ ਡਾਕੂਮੈਂਟ ਦੇਖੇ, ਕਾਗਜ਼ ਵੇਖੇ ਔਰ ਸਾਨੂੰ ਲੱਗਦਾ ਹੈ ਕਿ ਇਹਦੇ 7 ਬੈਂਡ ਆ, 8 ਬੈਂਡ ਆ, ਚਲੋ ਅਸੀਂ ਇਸ 'ਤੇ ਪੈਸਾ ਲਾ ਦਿੰਦੇ ਹਾਂ। ਹੁਣ ਜਿਹੜੇ ਬੱਚਿਆਂ ਦੇ ਓਵਰਆਲ 6 ਬੈਂਡ ਆ, ਇੱਕ 'ਚੋਂ 5.5 ਬੈਂਡ ਆ, ਨੰਬਰ ਉਹਦੇ +2 ਦੇ ਵਿੱਚੋਂ 50-60% ਰਹਿ ਗਏ, ਕੀ ਉਹਨਾਂ 'ਤੇ ਵੀ ਪੈਸਾ ਲਾਓਗੇ? ਪਹਿਲਾ ਸਵਾਲ। ਦੂਸਰਾ ਸਵਾਲ, ਪੰਜਾਬ ਦੇ ਵਿੱਚ ਐਸੇ ਬੱਚੇ ਵੀ ਬਹੁਤ ਨੇ ਜਿਹੜੇ ਰਿਫਿਊਜ਼ ਹੋਏ ਨੇ, ਕੋਈ 1 ਵਾਰ, ਕੋਈ 2 ਵਾਰ, ਕੋਈ 3 ਵਾਰ, ਓਵਰਆਲ 6 ਬੈਂਡ ਹੈ, 1 ਚੋਂ 5.5 ਬੈਂਡ ਹੈ, ਕੀ ਰਿਫਿਊਜ਼ਲ ਵਾਲਿਆਂ ਦਾ ਵੀ ਪੈਸਾ ਤੁਸੀਂ 100% ਫੀਸ ਵੀਜ਼ੇ ਤੋਂ ਬਾਅਦ ਲਓਗੇ? ਬਿਲਕੁਲ ਜੀ, ਜੇਕਰ ਕੋਈ ਵੀ ਬੱਚਾ ਜਿਹਦਾ ਵੀਜ਼ਾ ਰਿਫਿਊਜ਼ ਹੈ, ਈਵਨ ਮੈਂ ਗੱਲ ਕਰਾਂ ਤਾਂ ਲਾਸਟ ਵੀਕ ਸਾਡੇ ਕੋਲ ਵੀਜ਼ਾ ਆਇਆ ਸੀ, ਸੋਰੀ ਪ੍ਰੋਫਾਈਲ ਆਈ ਸੀ ਜਿਹਦੇ 7 ਬੈਂਡ ਸੀ ਔਰ ਉਸ ਕੁੜੀ ਦਾ 5 ਵਾਰੀ ਵੀਜ਼ਾ ਰਿਫਿਊਜ਼ ਸੀ, ਸੋ ਅਸੀਂ ਉਹਦੀ ਵੀ ਪ੍ਰੋਫਾਈਲ ਲਈ ਹੈ। ਈਵਨ ਉਹਨਾਂ ਦੀ ਆਪਣੀ ਪ੍ਰੈਫਰੈਂਸ ਸੀ, ਉਹਨਾਂ ਨੇ ਕਿਸੇ ਹੋਰ ਤੋਂ ਅਪਲਾਈ ਕੀਤਾ ਸੀ, ਉਹਨਾਂ ਦੀ ਪ੍ਰੈਫਰੈਂਸ ਦੇ ਅਕੋਰਡਿੰਗ ਅਪਲਾਈ ਕੀਤਾ ਗਿਆ ਸੀ ਅਤੇ ਉਹਨਾਂ ਦਾ ਰਿਫਿਊਜ਼ ਹੋਇਆ ਸੀ। ਸੋ ਬੱਚਾ ਫਿਰ ਵੀ ਆਪਣੀ ਪ੍ਰੈਫਰੈਂਸ ਲੈ ਕੇ ਆ ਰਿਹਾ ਸੀ ਕਿ ਮੈਂ ਜਾਣਾ ਤਾਂ ਇੱਥੇ ਜਾਣਾ ਤਾਂ ਮੇਰਾ ਅਪਲਾਈ ਕਰੋ, ਸੋ ਉਹਨਾਂ ਦਾ ਵੀ ਅਸੀਂ ਕੇਸ ਲਿਆ, ਉਹਨਾਂ ਤੋਂ ਵੀ ਜੋ ਪੇਮੈਂਟ ਹੈ ਅਸੀਂ ਆਫਟਰ ਵੀਜ਼ਾ ਲੈ ਰਹੇ ਹਾਂ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਚਾਹੇ ਰਿਫਿਊਜ਼ ਹੈ, ਚਾਹੇ 5.5 ਨੇ, ਚਾਹੇ 6 ਨੇ, ਕਿੰਨੇ ਵੀ ਬੈਂਡ ਨੇ, ਸਾਰੇ ਜੋ ਪੇਮੈਂਟ ਹੈ ਉਹ ਅਸੀਂ ਆਫਟਰ ਵੀਜ਼ਾ ਲੈਣੀ ਹੈ, ਕਿਉਂਕਿ ਸਾਰਾ ਕੰਮ ਜੋ ਹੈ ਉਹ ਇੱਕ ਲਾਈਕ ਆਪਾਂ ਕਹਿ ਸਕਦੇ ਕਿ ਟੀਮ ਵਰਕ ਹੈ। ਸੋ ਸਾਡੀ ਟੀਮ, ਤੁਸੀਂ ਕਿਹਾ ਕਿ ਬਿਲਕੁਲ ਸਾਨੂੰ ਆਪਣੀ ਟੀਮ 'ਤੇ ਭਰੋਸਾ ਹੈਗਾ, ਜਿੰਨੀ ਮਰਜ਼ੀ ਮਾੜੀ ਪ੍ਰੋਫਾਈਲ ਹੈ ਅਸੀਂ ਹਰ ਇੱਕ ਪ੍ਰੋਫਾਈਲ ਦਾ ਵੀਜ਼ਾ ਹੁਣ ਤੱਕ ਇੰਨੇ ਸਾਲਾਂ ਵਿੱਚ ਹਰ ਤਰ੍ਹਾਂ ਨਾਲ ਐਕਸਪੈਰੀਮੈਂਟ ਕੀਤਾ ਹੋਇਆ, ਲਿਆ ਹੋਇਆ, ਸਾਨੂੰ ਪਤਾ ਕਿ ਮਾੜੀ ਪ੍ਰੋਫਾਈਲ ਦਾ ਵੀਜ਼ਾ ਕਿਵੇਂ ਆਉਣਾ, ਸੋ ਅਸੀਂ ਉਸ ਅਕੋਰਡਿੰਗਲੀ ਫਾਈਲ ਫੜਦੇ ਹਾਂ। ਜੇਕਰ ਇਹ ਨਹੀਂ ਹੈ ਕਿ ਹਰ ਇੱਕ ਫਾਈਲ ਦਾ ਵੈਲਕਮ ਹੈ, ਸੋ ਬਹੁਤ ਲੋਕ ਕਰਦੇ ਆ ਕਿ ਜਿਹੜੀ ਵੀ ਪ੍ਰੋਫਾਈਲ ਆ ਗਈ ਅਸੀਂ ਫੜ ਲਈ ਆ, ਅਸੀਂ ਆਹ ਵੀ ਕਰ ਦੇਣਾ, ਨਹੀਂ। ਸੋ ਅਸੀਂ ਨਾ ਕਹਿਣੀ ਵੀ ਜਾਣਦੇ ਹਾਂ, ਜੇਕਰ ਕੋਈ ਬੱਚਾ ਸਾਡੇ ਕੋਲ ਆਉਂਦਾ, ਉਹਦਾ ਸਾਨੂੰ ਲੱਗਦਾ ਕਿ ਉਹ ਕੈਨੇਡਾ ਨਹੀਂ ਜਾ ਸਕਦਾ, ਤਾਂ ਅਸੀਂ ਉਸਨੂੰ ਨਾ ਕਹਿ ਦਿੰਦੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਬੱਚੇ ਦਾ ਟਾਈਮ ਵੇਸਟ ਹੋਵੇ, ਪੈਸਾ ਵੇਸਟ ਹੋਵੇ, ਪੈਸੇ ਨਾਲੋਂ ਵੱਧ ਕੀਮਤੀ ਆਪਣਾ ਟਾਈਮ ਹੈ। ਸੋ ਬੱਚਾ 2-3 ਮਹੀਨੇ ਇੱਥੇ ਰਹਿੰਦਾ, ਸਾਡਾ ਵੀ ਐਫਰਟ ਲੱਗ ਰਿਹਾ, ਸੋ ਸਾਡੇ ਕੋਲ ਵੀ ਇੰਨਾ ਟਾਈਮ ਨਹੀਂ ਆ, ਅਸੀਂ ਉਹਨਾਂ ਪ੍ਰੋਫਾਈਲਸ 'ਤੇ ਮੱਥਾ ਮਾਰੀਏ ਜਿਨ੍ਹਾਂ ਦਾ ਵੀਜ਼ਾ ਨਹੀਂ ਆਊਗਾ। ਸੋ ਜਿਹੜੀ ਪ੍ਰੋਫਾਈਲ ਸਾਨੂੰ ਲੱਗਦੀ ਹੈ ਕਿ ਇਹਦਾ ਵੀਜ਼ਾ ਆਊਗਾ, ਚਾਹੇ ਉਹ 5.5 ਹੈ, ਚਾਹੇ ਉਹਦਾ ਅਕੈਡਮਿਕ ਲੋਅ ਹੈ, ਈਵਨ ਸਾਡੇ 42% ਦੇ ਵੀਜ਼ਾਸ ਆਏ ਆ, ਉਹ ਬੱਚਾ 2 ਵਾਰੀ ਰਿਫਿਊਜ਼ ਸੀ, ਸੋ ਕੋਈ ਪ੍ਰੋਬਲਮ ਨਹੀਂ ਹੈ, ਜਿੱਦਾਂ ਦੀ ਪ੍ਰੋਫਾਈਲ ਹੈ ਜੇ ਅਸੀਂ ਉਹਨਾਂ ਨੂੰ ਯੈਸ ਕੀਤੀਏ ਤਾਂ ਅਸੀਂ ਵੀਜ਼ਾ ਲੈ ਕੇ ਦੇਵਾਂਗੇ। ਅੱਛਾ ਚਲੋ, ਪ੍ਰੋਫਾਈਲ ਆਪਾਂ ਡਿਸਕਸ ਕਰ ਲੈਂਦੇ ਹਾਂ। ਓਵਰਆਲ 6 ਬੈਂਡ, 1 ਚੋਂ 5.5 ਬੈਂਡ, ਤੁਸੀਂ ਕਿਹਾ 42% 'ਤੇ ਬੱਚੇ ਦਾ ਵੀਜ਼ਾ ਹੈ, ਚਲੋ ਬਹੁਤੇ ਬੱਚੇ 42% ਵਾਲੇ ਨਹੀਂ ਹੁੰਦੇ, ਘੱਟੋ ਘੱਟ ਜਿਹੜਾ 12ਵੀਂ ਪਾਸ ਉਹਦੇ 50% ਨੰਬਰ ਤਾਂ ਹੁੰਦੇ ਹੀ ਹੈ ਜੀ। ਹੁਣ ਇੱਕ 12ਵੀਂ ਪਾਸ ਬੱਚਾ ਓਵਰਆਲ 6 1 ਚੋਂ 5.5 ਬੈਂਡ ਵਾਲਾ ਹੈ, ਉਹਦਾ ਕੇਸ ਤੁਸੀਂ ਲੈ ਲਓਗੇ? ਹੁਣ ਜੇ ਕੋਈ ਗ੍ਰੈਜੂਏਟ ਹੈ ਬੱਚਾ, ਉਹਦੇ 6 ਬੈਂਡ ਹੈ, 1 ਚੋਂ 5.5 ਬੈਂਡ ਹੈ, ਕੀ ਗ੍ਰੈਜੂਏਟ ਬੱਚੇ ਦਾ ਵੀ ਕੇਸ ਲਓਗੇ ਔਰ ਪੈਸੇ ਵੀਜ਼ੇ ਤੋਂ ਬਾਅਦ ਲਓਗੇ ਜੇ ਨੰਬਰ 50-60% ਹੈਗੇ ਤੇ? ਬਿਲਕੁਲ, ਜੇਕਰ ਉਹਦੀ ਪਰਸੈਂਟੇਜ ਚੰਗੀ ਹੈ, 5.5 ਆ, ਈਵਨ ਪਰਸੈਂਟੇਜ ਲੋ ਵੀ ਹੈ, ਬਟ ਆਪਾਂ ਉਹਦੇ ਦੇਖਦੇ ਹਾਂ ਕਿ ਉਹਦੇ ਜੋ ਸਬਜੈਕਟਸ ਨੇ ਉਹਨਾਂ 'ਚੋਂ ਕਿਹਦੀ ਵਧੀਆ ਪਰਸੈਂਟੇਜ ਹੈ, ਉਹਦੇ ਅਕੋਰਡਿੰਗਲੀ ਬੱਚੇ ਨੂੰ ਕੋਰਸ ਦਿੱਤੇ ਜਾਂਦਾ। ਜੋ ਵੀ ਕਿਸੇ ਵੀ ਅੰਬੈਸੀ ਨੇ ਵੀਜ਼ਾ ਦੇਣਾ, ਹਾਈ ਕਮਿਸ਼ਨ ਨੇ ਵੀਜ਼ਾ ਦੇਣਾ, ਉਹਨਾਂ ਨੇ ਤੁਹਾਡਾ ਇੰਟੈਂਸ਼ਨ ਦੇਖਣਾ ਕਿ ਕਿਹੜਾ ਇੰਟੈਂਸ਼ਨ ਹੈ ਤੁਹਾਡਾ ਜਾਣ ਦਾ। ਜੇਕਰ ਤੁਸੀਂ ਸਟੱਡੀ ਵੀਜ਼ੇ ਜਾ ਰਹੇ ਹੋ, ਤੁਹਾਡੇ ਕੁਛ ਕੁ ਸਬਜੈਕਟ ਨੇ ਹਰ ਇੱਕ ਸਟ੍ਰੀਮ ਦੇ, ਸੋ ਤੁਸੀਂ ਉਹਦੇ 'ਚ ਅਪਲਾਈ ਅਸੀਂ ਕਰਦੇ ਹਾਂ ਜਿਹ 'ਚ ਉਹਦਾ ਬੱਚੇ ਦਾ ਮੇਨ ਇੰਟਰਸਟ ਹੈ। ਸੋ ਇੰਟਰਸਟ ਦੇ ਅਕੋਰਡਿੰਗ ਕਰਾਂਗੇ, ਬੱਚੇ ਦੀ SOP ਅਸੀਂ ਸਟਰੋਂਗ ਲਾਵਾਂਗੇ ਤਾਂ ਵੀਜ਼ਾ ਆਏਗਾ, ਡੈਫੀਨੇਟਲੀ ਆਏਗਾ। ਕਿਉਂ ਨਹੀਂ ਆਏਗਾ? ਗੈਪ ਬਹੁਤ ਵੱਡੀ ਸਮੱਸਿਆ ਹੈ ਪੰਜਾਬ ਦੇ ਵਿੱਚ। ਜਦੋਂ ਬੱਚਾ 12ਵੀਂ ਕਰਦਾ ਹੈ, ਚਲੋ ਗ੍ਰੈਜੂਏਸ਼ਨ ਤੋਂ ਬਾਅਦ ਤੋਂ ਗੈਪ ਦੀ ਇੰਨੀ ਸਮੱਸਿਆ ਨਹੀਂ ਹੁੰਦੀ, ਜਦੋਂ 12ਵੀਂ ਕਰਦਾ ਹੈ ਤਾਂ ਬੱਚੇ ਦਾ ਮਨ ਹੁੰਦਾ ਮੈਂ ਕੈਨੇਡਾ ਜਾਣਾ, ਚਲੋ ਕੋਈ ਰਸਤਾ ਨਹੀਂ ਮਿਲ ਪਾ ਰਿਹਾ, ਕਈ ਵਾਰ ਆਈਲੈਟਸ ਕਲੀਅਰ ਨਹੀਂ ਹੁੰਦੀ, ਸਾਲ 2-2 ਸਾਲ ਆਈਲੈਟਸ 'ਤੇ ਲੱਗ ਜਾਂਦੇ ਆ। ਹੁਣ ਮਸਲਾ ਕੀ ਹੈ, ਜਿਹੜਾ ਗੈਪ ਪਹਿਲਾਂ ਪਲੱਸ 2 ਤੋਂ ਬਾਅਦ ਤਾਂ ਬੱਚਾ 6 ਮਹੀਨੇ ਸਾਲ ਤਾਂ ਵੈਸੇ ਹੀ
ਜਿਹੜਾ ਉਹ ਘਰਦਿਆਂ ਦਾ ਕੰਮ ਕਰਾਉਣ ਲੱਗ ਪੈਂਦਾ, ਛੁੱਟੀਆਂ ਮਾਰਦਾ, ਚਲੋ ਮੈਂ 12ਵੀਂ ਪਾਸ ਕਰ ਲਈ ਹੈ ਤੇ ਪਤਾ ਨਹੀਂ ਕਿੱਡਾ ਵੱਡਾ ਤੀਰ ਮਾਰ ਲਿਆ, ਤੇ 6 ਮਹੀਨੇ ਸਾਲ ਤਾਂ ਵੈਸੇ ਹੀ ਨਹੀਂ ਉਹ ਬੰਦੇ ਨੂੰ ਬੰਦਾ ਸਮਝਦਾ, ਫਿਰ ਆਈਲੈਟਸ ਵੱਲ ਨੂੰ ਤੁਰਦਾ 6 ਮਹੀਨੇ ਆਈਲੈਟਸ 'ਤੇ ਲੱਗ ਜਾਂਦੇ ਆ, ਫਿਰ ਐਡਮਿਸ਼ਨ ਲੈਂਦਾ, ਕਰਦਾ ਕਰਦਾ 2 ਸਾਲ ਦਾ ਗੈਪ ਤਾਂ ਮਾਮੂਲੀ ਪੈ ਹੀ ਜਾਂਦਾ। ਕੋਈ ਬਹੁਤ ਸਮਝਦਾਰ ਬੱਚਾ ਹੋਊਗਾ ਜਿਹੜਾ ਫਿਊਚਰ ਨੂੰ ਲੈ ਕੇ ਸਤਰਕ ਹੋਊਗਾ ਅਤੇ ਉਹ 12ਵੀਂ ਦੇ ਪੇਪਰ ਤੋਂ ਬਾਅਦ ਨਾਲ ਹੀ ਆਈਲੈਟਸ ਕਰਕੇ ਆਪਣਾ ਕੇਸ ਅਪਲਾਈ ਕਰ ਲੈਂਦਾ। ਹੁਣ ਜਿਹੜੇ 2 ਸਾਲ ਦਾ ਗੈਪ ਪੈ ਜਾਂਦਾ ਹੈ, ਉਹਨੂੰ ਬੱਚੇ ਨੂੰ ਪੁੱਛੋ ਕਿ ਤੂੰ 2019 'ਚ ਪਲੱਸ 2 ਕੀਤੀ ਤੇ ਅੱਜ ਅਸੀਂ 21 'ਚ ਬੈਠੇ ਹਾਂ, 2 ਸਾਲ ਕੀਤਾ ਕੀ? ਬੱਚਾ ਕਹਿੰਦਾ ਜੀ ਕੁਛ ਨਹੀਂ ਕੀਤਾ। ਸੋ ਕੁਛ ਨਹੀਂ ਕੀਤਾ ਦਾ ਮਤਲਬ ਬੱਚਾ ਵਿਹਲਾ ਬੈਠਾ ਹੈ। ਸੋ ਕੀ ਉਹ ਗੈਪ ਜਸਟੀਫਾਈ ਹੋਊਗਾ? ਕੀ ਇਹਨਾਂ ਗੈਪ ਵਾਲਿਆਂ ਦੇ ਵੀਜ਼ੇ ਲੱਗਣਗੇ? ਬਿਲਕੁਲ ਸਰ, ਦੇਖੋ ਕੈਨੇਡਾ ਜੇ ਆਪਾਂ ਦੇਖੀਏ ਤਾਂ ਕੈਨੇਡਾ ਇਹਨਾਂ ਚੀਜ਼ਾਂ ਲਈ ਥੋੜ੍ਹਾ ਸਟਾਰਟਿੰਗ ਤੋਂ ਹੀ ਲੀਨੀਅੰਟ ਰਿਹਾ ਗਾ। ਸੋ ਗੈਪ ਨੂੰ ਐਸ ਸੱਚ ਉਹ ਕੋਈ ਨੈਗੇਟਿਵ ਇੰਪੈਕਟ ਕੰਸੀਡਰ ਨਹੀਂ ਕਰਦੇ ਆ। ਸੋ ਜੇਕਰ ਬੱਚੇ ਦਾ ਗੈਪ ਹੈ ਤਾਂ ਉਹਦਾ ਕੁਛ ਨਾ ਕੁਛ ਰੀਜ਼ਨ ਜ਼ਰੂਰ ਹੁੰਦਾ, ਜਾਂ ਬੱਚੇ ਨੇ ਆਇਲਸ ਪ੍ਰੈਪਰੇਸ਼ਨ ਕੀਤੀ, ਤੁਸੀਂ ਕਿਹਾ ਕਿ 6 ਮੰਥ ਬੱਚਾ ਲਗਾ ਦਿੰਦਾ, ਤਾਂ ਉਹ ਆਪਾਂ ਫਾਈਲ 'ਚ ਕਿੱਦਾਂ ਉਸ ਚੀਜ਼ ਨੂੰ ਜਸਟੀਫਾਈ ਕਰਨਾ, ਉਹੀ ਆਪਣਾ ਕੰਮ ਹੈ, ਰਾਈਟ? ਉਹ ਬੱਚੇ ਨੂੰ ਕੁਛ ਨਹੀਂ ਪਤਾ। ਜੇ ਬੱਚਾ ਇੰਨਾ ਪਤਾ ਹੋਵੇ ਕਿ ਮੈਂ ਇੱਥੇ ਕੁਛ ਨਹੀਂ ਕੀਤਾ, ਫਿਰ ਉਹ ਬੱਚਾ ਆਪ ਫਾਈਲ ਲਗਾ ਸਕਦਾ। ਸੋ ਸਾਡੇ ਕੋਲ ਆ ਰਿਹਾ ਉਸ ਚੀਜ਼ ਨੂੰ ਜਸਟੀਫਾਈ ਕਰਨਾ, ਕਿਵੇਂ ਆਪਾਂ ਹਾਈ ਕਮਿਸ਼ਨ 'ਚ ਉਸ ਚੀਜ਼ ਨੂੰ ਪ੍ਰੈਜੈਂਟ ਕਰਨਾ, ਉਹ ਟੋਟਲੀ ਆਪਣਾ ਕੰਮ ਹੈ, ਹੈ ਨਾ ਜੀ? ਸੋ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਦੱਸ ਦਿੰਦੇ ਹਾਂ ਕਿ ਓਮ ਗਲੋਬਲ ਤੋਂ ਅੱਜ ਬਠਿੰਡਾ ਬ੍ਰਾਂਚ ਤੋਂ ਮੈਨੇਜਰ ਪ੍ਰਿਤਪਾਲ ਕੌਰ ਸਾਡੇ ਨਾਲ ਹਾਜ਼ਰ ਨੇ। ਅਸੀਂ ਖਾਸ ਤੌਰ 'ਤੇ ਬਠਿੰਡਾ ਇਸੇ ਕਰਕੇ ਪਹੁੰਚੇ ਸੀ ਕਿ ਬਠਿੰਡਾ ਦੇ ਸਟਾਫ ਨਾਲ ਵੀ ਇੱਕ ਮੁਲਾਕਾਤ ਕੀਤੀ ਜਾਵੇ, ਉਹਨਾਂ ਨਾਲ ਗੱਲਬਾਤ ਕੀਤੀ ਜਾਵੇ, ਔਰ ਇਸ ਬ੍ਰਾਂਚ ਦੇ ਵਿੱਚ ਕਿਹੜੀ ਕਿਹੜੀ ਸਰਵਿਸਿਜ਼ ਦਿੱਤੀਆਂ ਜਾਣਗੀਆਂ ਓਮ ਗਲੋਬਲ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ। ਤਾਂ ਜਾਣ ਕੇ ਬੜੀ ਖੁਸ਼ੀ ਹੋਈ ਕਿ ਜਿਹੜੀ ਸਰਵਿਸਿਜ਼ ਚੰਡੀਗੜ੍ਹ ਬ੍ਰਾਂਚ ਆ, ਜਲੰਧਰ ਬ੍ਰਾਂਚ ਦਿੱਤੀਆਂ ਜਾਂਦੀਆਂ, ਜਿਸ ਸਪੀਡ ਦੇ ਨਾਲ ਦਿੱਤੀਆਂ ਜਾਂਦੀਆਂ, ਉਹ ਸਾਰੀ ਸਰਵਿਸਿਜ਼ ਬਠਿੰਡਾ ਬ੍ਰਾਂਚ 'ਚ ਵੀ ਹੁਣ ਮਿਲਣੀਆਂ ਸ਼ੁਰੂ ਹੋਣਗੀਆਂ। ਮਾਲਵੇ ਦੇ ਲੋਕ ਜੇਕਰ ਬਾਹਰ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਪੜ੍ਹਾਈ ਵੀਜ਼ੇ 'ਤੇ ਜਾਣਾ ਚਾਹੁੰਦੇ ਨੇ, PR 'ਤੇ ਜਾਣਾ ਚਾਹੁੰਦੇ ਨੇ, ਕਨੇਡਾ ਜਾਣਾ ਚਾਹੁੰਦੇ ਨੇ, ਆਸਟ੍ਰੇਲੀਆ ਜਾਣਾ ਚਾਹੁੰਦੇ ਨੇ, UK ਜਾਣਾ ਚਾਹੁੰਦੇ ਨੇ, ਅਮਰੀਕਾ ਜਾਣਾ ਚਾਹੁੰਦੇ ਨੇ, ਹਰ ਇੱਕ ਮੁਲਕ ਦਾ ਸਟੱਡੀ ਵੀਜ਼ੇ ਬਾਰੇ ਜਾਣਕਾਰੀ ਉਹਨਾਂ ਨੂੰ ਓਮ ਗਲੋਬਲ ਦੀ ਬਠਿੰਡਾ ਬ੍ਰਾਂਚ ਵੀ ਹੁਣ ਮਿਲਣੀ ਸ਼ੁਰੂ ਹੋ ਜਾਏਗੀ। ਤੁਸੀਂ ਜਦ ਵੀ ਇਹ ਸ਼ੋਅ ਤੁਹਾਡੇ ਤੱਕ ਪਹੁੰਚਦਾ ਹੈ, ਤੁਸੀਂ ਆਪਣੇ ਡਾਕੂਮੈਂਟਸ ਲੈ ਕੇ, ਆਪਣੇ ਪੇਰੈਂਟਸ ਨੂੰ ਲੈ ਕੇ ਅਜੀਤ ਰੋਡ 'ਤੇ ਓਮ ਗਲੋਬਲ ਦਾ ਆਫਿਸ ਆ, ਉੱਥੇ ਪਹੁੰਚੋ ਔਰ ਮੈਡਮ ਪ੍ਰਿਤਪਾਲ ਕੌਰ ਉਹਨਾਂ ਨਾਲ ਅਪੁਆਇੰਟਮੈਂਟ ਜ਼ਰੂਰ ਫਿਕਸ ਕਰ ਲਓ। ਨੰਬਰ ਤੁਹਾਡੇ ਟੀ ਵੀ ਸਕਰੀਨ 'ਤੇ ਅਸੀਂ ਵਾਰ ਵਾਰ ਚਲਾ ਰਹੇ ਹਾਂ, 9216692167। ਇਸ ਨੰਬਰ 'ਤੇ ਕਾਲ ਕਰਕੇ ਅਪੁਆਇੰਟਮੈਂਟ ਫਿਕਸ ਕਰ ਸਕਦੇ ਹੋ। ਕਨੇਡਾ ਜਾਣਾ ਚਾਹੁੰਦੇ ਹੋ, ਪਹਿਲਾਂ ਰਿਫਿਊਜ਼ ਹੋ ਚੁੱਕੇ ਹੋ, 1 ਵਾਰ ਰਿਫਿਊਜ਼ ਹੋ, 2 ਵਾਰ ਰਿਫਿਊਜ਼ ਹੋ, 3 ਵਾਰ ਰਿਫਿਊਜ਼ ਹੋ, ਸਿਰਫ 2 ਸ਼ਰਤਾਂ ਹੈ। ਤੁਸੀਂ ਘੱਟੋ ਘੱਟ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਦੂਜੀ ਸ਼ਰਤ ਹੈ ਤੁਹਾਡੇ ਆਇਲਸ ਦੇ ਵਿੱਚੋਂ ਓਵਰਆਲ 6 ਬੈਂਡ ਚਾਹੀਦੇ ਹੈ, ਕਿਸੇ ਇੱਕ ਮੋਡਿਊਲ 'ਚੋਂ 5.5 ਬੈਂਡ ਚਾਹੀਦੇ ਹੈ। ਓਮ ਗਲੋਬਲ ਤੁਹਾਡਾ ਕੇਸ ਲੈਣ ਲਈ ਤਿਆਰ ਹੈ। ਓਮ ਗਲੋਬਲ ਦੇ ਵਿੱਚ ਕੇਸ ਕਿਉਂ ਦਈਏ? ਹੁਣ ਇਹ ਸਭ ਤੋਂ ਵੱਡਾ ਸਵਾਲ, ਕਿਉਂ ਦਈਏ? ਤੁਸੀਂ ਉਹ ਕਿਸੇ ਵੀ ਪੰਜਾਬ ਦੇ ਕੰਸਲਟੈਂਟ ਨੂੰ ਆਪਣਾ ਕੇਸ ਦੇ ਸਕਦੇ ਹੋ, ਜਿਹੜਾ ਤੁਹਾਡੇ ਕੋਲ ਕੋਈ ਰਜਿਸਟ੍ਰੇਸ਼ਨ ਫੀਸ ਐਡਵਾਂਸ ਨਾ ਲਵੇ, ਕੋਈ ਆਫਰ ਲੈਟਰ ਦੀ ਫੀਸ ਨਾ ਮੰਗੇ, ਕੋਈ ਕਾਲਜ ਦੀ ਫੀਸ ਨਾ ਮੰਗੇ, ਕੋਈ ਜੇ ਕਿਊਬੈਕ ਜਾਣਾ ਤਾਂ CAQ ਦੀ ਫੀਸ ਨਾ ਮੰਗੇ, ਔਰ ਜੇ ਅੰਬੈਸੀ ਫੀਸ ਦੀ ਗੱਲ ਆਉਂਦੀ ਹੈ ਤਾਂ ਅੰਬੈਸੀ ਫੀਸ ਵੀ ਤੁਹਾਡੇ ਕੋਲੋਂ ਨਾ ਮੰਗੇ, ਉਹ ਕਿਸੇ ਵੀ ਕੰਸਲਟੈਂਟ ਕੋਲ ਅਪਲਾਈ ਕਰ ਲਓ। ਪਰ ਜਿੰਨਾ ਕੁ ਮੈਨੂੰ ਤਜ਼ਰਬਾ ਹੈ 12-15 ਸਾਲਾਂ ਦਾ ਇਸ ਫੀਲਡ ਦਾ, ਅਤੇ ਸ਼ਾਇਦ ਮੈਂ ਕੋਈ ਕੰਸਲਟੈਂਟ ਪੰਜਾਬ ਦੇ ਵਿੱਚ ਐਸਾ ਨਹੀਂ ਵੇਖਿਆ ਜਿਹੜਾ ਇੰਨੀਆਂ ਸਾਰੀਆਂ ਚੀਜ਼ਾਂ ਨੂੰ ਵੀਜ਼ਾ ਤੋਂ ਬਾਅਦ ਪੇਮੈਂਟ ਲੈਂਦਾ ਹੋਵੇ। ਤੁਸੀਂ ਕਿਸੇ ਕੰਸਲਟੈਂਟ ਕੋਲ ਚਲੇ ਜਾਓ, ਕੋਈ ਰਜਿਸਟ੍ਰੇਸ਼ਨ ਦੇ ਨਾਮ 'ਤੇ ਲੈ ਲਊਗਾ, ਕੋਈ ਆਫਰ ਲੈਟਰ ਦੇ ਨਾਮ 'ਤੇ ਲੈ ਲਊਗਾ, ਕੋਈ CAQ ਦੇ ਨਾਮ 'ਤੇ ਲੈ ਲਊਗਾ, ਕੋਈ ਕਾਲਜ ਦੀ ਫੀਸ ਤੁਹਾਡੇ ਕੋਲ ਐਡਵਾਂਸ ਆਪਣੇ ਖਾਤੇ 'ਚ ਲੈ ਲਊਗਾ, ਅਤੇ ਕੋਈ ਕਹੂਗਾ ਜੀ ਮੈਂ ਪਾ ਦਿੰਦਾ, ਤੁਸੀਂ ਅੰਬੈਸੀ ਫੀਸ ਭਰ ਲਓ। ਹੁਣ ਪ੍ਰਾਈਵੇਟ ਕਾਲਜਾਂ 'ਚ ਤੁਹਾਨੂੰ ਪਾ ਕੇ ਤੁਹਾਡੇ ਕੋਲੋਂ ਫੀਸਾਂ ਐਡਵਾਂਸ ਲੈ ਲੈਣੀਆਂ, ਜਾਂ ਪ੍ਰਾਈਵੇਟ ਕਾਲਜ 'ਚ ਪਾ ਕੇ ਨਾ ਆਫਰ ਲੈਟਰ ਦਾ ਖਰਚਾ, ਨਾ ਫੀਸ ਪਹਿਲਾਂ ਭੇਜਣੀ, ਸਿਰਫ ਅੰਬੈਸੀ ਫੀਸ ਲੱਗਦੀ ਹੈ, ਉਹ ਤੁਹਾਡੇ ਕੋਲ ਭਰਵਾ ਲਈ ਜਾਂਦੀ ਹੈ। ਸੋ ਤੁਹਾਨੂੰ ਕਹਿ ਤਾ ਜਾਂਦਾ ਕਿ ਤੁਹਾਡਾ ਪੈਕੇਜ ਹੋ ਗਿਆ ਜੀ 100% ਪੈਸੇ ਵੀਜ਼ੇ ਤੋਂ ਬਾਅਦ।
ਸੋ ਓਮ ਗਲੋਬਲ ਦੇ ਵਿੱਚ ਆਉਣ ਦਾ ਇਹੀ ਫਾਇਦਾ ਹੈ। ਕਾਲਜ ਤੁਹਾਡੀ ਮਰਜ਼ੀ ਦਾ, ਕੋਰਸ ਤੁਹਾਡੀ ਮਰਜ਼ੀ ਦਾ, ਪ੍ਰੋਵਿੰਸ ਤੁਹਾਡੀ ਮਰਜ਼ੀ ਦੀ, ਮੁਲਕ ਤੁਹਾਡੀ ਮਰਜ਼ੀ ਦਾ, ਬਸ ਸ਼ਰਤ ਇੱਕੋ ਹੀ ਹੈ ਕਿ ਉਸ ਕਾਲਜ ਦੇ ਵਿੱਚ, ਉਸ ਕੋਰਸ ਦੇ ਵਿੱਚ ਤੁਹਾਡੀ ਐਲੀਜੀਬਿਲਟੀ ਬਣਦੀ ਹੋਣੀ ਚਾਹੀਦੀ ਹੈ। ਜੇ ਬਣਦੀ ਹੈ ਤਾਂ ਪੈਸੇ 100% ਉਦੋਂ ਦੇਣੇ ਜਦੋਂ ਵੀਜ਼ਾ ਲੱਗ ਗਿਆ, ਜਦੋਂ ਦਫ਼ਤਰ ਕੇਸ ਦੇਣ ਆਉਣਾ ਉਦੋਂ ਸਿਰਫ ਜੇਬ 'ਚ ਉਨੇ ਕੀ ਪੈਸੇ ਲੈ ਕੇ ਆਉਣੇ ਜਿੰਨਾ ਤੁਹਾਡਾ ਕਿਰਾਇਆ ਲੱਗਣਾ, ਇਸ ਤੋਂ ਇਲਾਵਾ ਕੋਈ ਪੈਸਾ ਨਹੀਂ ਲੱਗਦਾ। ਜੇ ਕੋਈ ਕੰਪਨੀ 'ਚ ਪੈਸਾ ਮੰਗਦਾ ਹੈ ਤਾਂ ਜਿਹੜਾ ਨੰਬਰ TV ਸਕਰੀਨ 'ਤੇ ਤੁਹਾਡੇ ਚੱਲ ਰਿਹਾ ਹੈ ਉਸ ਨੰਬਰ 'ਤੇ ਕਾਲ ਕਰਕੇ ਤੁਸੀਂ ਮਿਸਟਰ ਪੁਨੀਤ ਖੰਨਾ ਨੂੰ ਵੀ ਸੰਪਰਕ ਕਰ ਸਕਦੇ ਹੋ ਔਰ ਦੱਸ ਸਕਦੇ ਹੋ ਕਿ ਤੁਸੀਂ ਇਹ ਪ੍ਰੋਮਿਸ ਕੀਤਾ ਸੀ ਕਿ ਪੈਸੇ ਐਡਵਾਂਸ ਨਹੀਂ ਲਵਾਂਗੇ ਪਰ ਤੁਹਾਡੀ ਟੀਮ ਪੈਸੇ ਮੰਗ ਰਹੀ ਹੈ। ਕਨੇਡਾ ਜਾਣ ਵਾਲੇ ਬੱਚਿਆਂ ਲਈ ਖਾਸ ਸਹੂਲਤ ਆ, ਚਾਹੇ ਰਿਫਿਊਜ਼ ਹੋ ਚਾਹੇ ਫਸਟ ਟਾਈਮ ਅਪਲਾਈ ਕਰਨਾ ਚਾਹੁੰਦੇ ਹੋ। ਸੋ ਬਠਿੰਡਾ ਬ੍ਰਾਂਚ ਖੋਲ੍ਹਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਾਂਗੇ, ਸਵਾਗਤ ਵੀ ਕਰਾਂਗੇ ਔਰ ਸ਼ੁਕਰੀਆ ਵੀ ਕਰਾਂਗੇ ਕਿ ਤੁਸੀਂ ਮਾਲਵੇ ਦੇ ਲੋਕਾਂ ਨੂੰ ਸਰਵਿਸ ਦੇਣ ਲਈ ਬਠਿੰਡਾ ਵਿੱਚ ਆਏ ਹੋ। ਜਾਂਦੀ ਵੇ ਸਾਡੇ ਦਰਸ਼ਕਾਂ ਲਈ 1-2 ਮਿੰਟ ਕੋਈ ਮੈਸੇਜ ਦੇਣਾ ਚਾਹੋ, ਕੋਈ ਸੁਨੇਹਾ ਦੇਣਾ ਚਾਹੋ? ਜੀ ਬਿਲਕੁਲ, ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਹੁਣ ਤੁਹਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਹੈ, ਟਰੈਵਲ ਕਰਨ ਦੀ ਲੋੜ ਨਹੀਂ ਹੈ, ਤੁਹਾਡੇ ਅਸੀਂ ਆਪਣੇ ਸ਼ਹਿਰ ਦੇ ਵਿੱਚ ਬੈਠੇ ਹਾਂ। ਸੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਰਵਿਸ ਚਾਹੀਦੀ ਹੈ, ਕੋਈ ਵੀ ਡਾਊਟ ਹੈ, ਤੁਸੀਂ ਵਿਜ਼ਿਟ ਜਲਦੀ ਨਹੀਂ ਕਰ ਸਕਦੇ ਤਾਂ ਕੰਟੈਕਟ ਨੰਬਰ ਤੁਹਾਡੇ ਸਾਰਿਆਂ ਕੋਲ ਨੇ, ਤੁਸੀਂ ਐਨੀ ਟਾਈਮ ਕੰਟੈਕਟ ਕਰ ਸਕਦੇ ਹੋ। ਐਂਡ ਸਾਡੇ ਜੋ ਮਾਹਿਰ ਨੇ, ਵੀਜ਼ਾ ਫਾਈਲਿੰਗ ਦੇ ਮਾਹਿਰ ਨੇ, ਅਸੈਸਮੈਂਟ ਦੇ ਮਾਹਿਰ ਨੇ, ਸਾਰਿਆਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆਪਣੀ ਸਲਾਹ ਲੈ ਸਕਦੇ ਹੋ। ਸੋ ਇੱਕ ਛੋਟਾ ਜਿਹਾ ਸਵਾਲ ਆਖਰੀ, ਇਹ ਬਠਿੰਡਾ ਬ੍ਰਾਂਚ ਜਿਹੜੀ ਤੁਸੀਂ ਅਜੀਤ ਰੋਡ ਤੇ ਖੋਲੀ ਹੈ ਹੋਮ ਗਲੋਬਲ ਦੀ, ਇਹ ਕੀ ਇਹ 6-6 ਦਿਨ ਵਰਕਿੰਗ ਕਰੂਗੀ, ਮੰਡੇ ਤੋਂ ਲੈ ਕੇ ਸੈਟਰਡੇ ਤੱਕ, ਜਾਂ ਫਿਰ ਕੁਛ ਦਿਨ ਹੋਣਗੇ ਜਿੱਥੇ ਤੁਸੀਂ ਮਿਲਿਆ ਕਰੋਗੇ? ਨਹੀਂ ਜੀ ਬਿਲਕੁਲ, ਮੰਡੇ ਟੂ ਸੈਟਰਡੇ 9-5 ਜੋ ਹੈ ਆਪਣੀ ਬ੍ਰਾਂਚ ਓਪਨ ਹੈ। ਸੋ ਕਿਸੇ ਵੀ ਟਾਈਮ ਤੁਸੀਂ ਅਗਰ ਬਿਨਾਂ ਅਪੁਆਇੰਟਮੈਂਟ ਤੇ ਵੀ ਆਉਣਾ ਗਾ ਤੁਸੀਂ ਆ ਸਕਦੇ ਹੋ, ਐਨੀ ਟਾਈਮ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ। ਸੋ ਬਠਿੰਡਾ ਬ੍ਰਾਂਚ ਓਮ ਗਲੋਬਲ ਦੀ, ਓਮ ਗਲੋਬਲ ਵੱਲੋਂ ਬਠਿੰਡਾ ਬ੍ਰਾਂਚ ਓਪਰੇਸ਼ਨ ਸ਼ੁਰੂ ਕਰ ਦਿੱਤੀ ਗਈ, ਓਪਰੇਸ਼ਨਲ ਆ। ਤੁਸੀਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਜਦੋਂ ਮਰਜ਼ੀ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਇੱਥੇ ਆ ਸਕਦੇ ਹੋ। ਆਪਣੇ ਅਕੈਡਮਿਕ ਜ਼ਰੂਰ ਲੈ ਕੇ ਆਉਣੇ ਆ, ਕਿਉਂਕਿ ਡਾਕਟਰ ਵੀ ਤੁਹਾਡੀ ਰਿਪੋਰਟ ਦੇਖ ਕੇ ਦੱਸੂਗਾ, ਤੁਹਾਨੂੰ ਵੇਖ ਕੇ ਤੁਹਾਡੇ ਬਾਰੇ ਕੁਛ ਨਹੀਂ ਦੱਸ ਸਕਦਾ। ਡਾਕੂਮੈਂਟ ਲੈ ਕੇ ਆਓ, ਆਪਣੇ ਪੇਰੈਂਟਸ ਨੂੰ ਲੈ ਕੇ ਆਓ, ਕਿਉਂਕਿ ਤੁਹਾਡੇ ਪੇਰੈਂਟਸ ਦਾ ਤਜ਼ਰਬਾ ਤੁਹਾਡੇ ਨਾਲ ਜ਼ਿਆਦਾ ਹੁੰਦਾ ਹੈ। ਜ਼ਿੰਦਗੀ ਦੇ ਬਹੁਤ ਵੱਡੇ ਵੱਡੇ ਫੈਸਲੇ ਆਪਣੇ ਮਾਂ ਪਿਓ ਦੇ ਹਾਜ਼ਰੀ ਦੇ ਵਿੱਚ ਲੈਣੇ ਲਾਜ਼ਮੀ ਹੁੰਦੇ ਨੇ। ਸੋ ਡਾਕੂਮੈਂਟ ਲੈ ਕੇ ਆਓ ਓਮ ਗਲੋਬਲ ਦੀ ਬਠਿੰਡਾ ਬ੍ਰਾਂਚ ਦੇ ਵਿੱਚ, ਕਾਲ ਕਰੋ, ਸੰਪਰਕ ਕਰੋ 9-161-92-167 ਔਰ ਆਪਣੇ ਕੈਨੇਡਾ ਜਾਣ ਦੇ ਸੁਪਨੇ ਪੂਰੇ ਕਰੋ, ਪੈਸੇ 100% ਵੀਜ਼ਾ ਲੱਗਣ ਤੋਂ ਬਾਅਦ। ਸੋ ਮੈਡਮ ਪ੍ਰਿਤਪਾ ਕੌਰ ਜੀ, ਬਹੁਤ ਬਹੁਤ ਸ਼ੁਕਰਗੁਜ਼ਾਰ ਜੀ, ਥੈਂਕ ਯੂ।